ਸਾਖੀ ਤੇ ਦੀਵਾਲੀ ਤੇ ਪਰ ਜਦੋਂ ਲੱਗਦੀ ਆ ਤਾਂ ਲਗਾਤਾਰ 5-7 ਦਿਨ ਚੱਲਣ ਵਾਲੀ ਮੰਡੀ ਆ ਜੇ ਇੰਡੀਆ ਦੀ ਵੱਡੇ ਪੱਧਰ ਦੀ ਮੰਡੀ ਆ ਨਹੀਂ ਪੰਜਾਬ 'ਚ ਬਹੁਤ ਮੰਡੀਆਂ ਲੱਗਦੀਆਂ ਪਰ ਜਿਹੜੀ ਇਹ ਮੰਡੀ ਲੱਗਦੀ ਆ ਵਿਲੱਖਣ ਜੀ ਗੱਲ ਆ ਹੈ ਨਾ ਵਿਸ਼ੇਸ਼ਤਾ ਵੀ ਆਮ ਨੋਰਮਲ ਪਸ਼ੂ ਘੱਟ ਹਰੇਕ ਬੰਦਾ ਚਾਹੁੰਦਾ ਯਾਰ ਵੀ ਜੇ ਆਪਣੇ ਲਵੇ ਚੰਗਾ ਜਾਨਵਰ ਆ ਨਾ ਤਾਂ ਆਪਾਂ ਬੱਲਾ ਮੰਡੀ ਵੇਚਾਂਗੇ ਹੈ ਨਾ ਜਿਹੜੇ ਚੰਗੀਆਂ ਮਈਆਂ ਖਰੀਦਣ ਦਾ ਦਮ ਰੱਖਦੇ ਆ ਚੰਗੀਆਂ ਪਸ਼ੂ ਵੇਚਦੇ ਆ ਉਹੀ ਜ਼ਿਆਦਾਤਰ ਮਾਲ ਬੱਲਾ ਮੰਡੀ ਨੂੰ ਲੈ ਕੇ ਆਉਂਦੇ ਆ ਅਤੇ ਗਾਹਕ ਵੀ ਚੰਗਾ ਹੁੰਦਾ ਇਹੋ ਜਿਹੀ ਗੱਲ ਨਹੀਂ ਅਤੇ ਆਪਣਾ ਸ਼੍ਰੀਨਗਰ ਦਾ ਕਹਿ ਲਓ ਮਾਝੇ ਏਰੀਏ ਦੇ ਕਹਿ ਲਓ ਹਰੇਕ ਬੰਦਾ ਯਾਰ ਜਿਵੇਂ ਆਪਾਂ ਦੀਵਾਲੀ ਨੂੰ ਕੋਈ ਚੀਜ਼ ਨਹੀਂ ਕਹਿੰਦੇ ਆਪਾਂ ਵੀ ਉਹ ਚੀਜ਼ ਖਰੀਦੀਏ ਪਰ ਜਿਹੜੇ ਬੰਦੇ ਮਈਆਂ ਦੇ ਸ਼ੌਕੀਨ ਆ ਤਾਂ ਉਹ ਮਈਆਂ ਹੀ ਖਰੀਦ ਕੇ ਆਪਣੀ ਦੀਵਾਲੀ ਨੂੰ ਘਰ ਸ਼ੁਭ ਮੰਨਦੇ ਆ ਹੈ ਨਾ ਜਿਹੜੇ ਅਗਲਾ ਕਹਿੰਦਾ ਕੋਈ ਵੀ ਚੀਜ਼ ਅਗਲਾ ਕਹਿੰਦਾ ਆਪਾਂ ਖਰੀਦ ਲੈਂਦੇ ਹਾਂ ਤਾਂ ਕਈ ਬੰਦੇ ਹੁੰਦੇ ਅਗਲਾ ਕਹਿੰਦਾ ਆਪਾਂ ਮੈਂ ਖਰੀਦ ਲੈਂਦੇ ਹਾਂ ਦੀਵਾਲੀ ਵਾਲੇ ਦਿਨ ਚੰਗੇ ਸੰਕੇਤ ਹੋਣਗੇ ਹੈ ਨਾ ਸਿੰਘ ਡੈਰੀ ਫਾਰਮ ਤੋਂ ਉਹਨਾਂ ਦੇ ਆਪਾਂ ਘਰੋਂ ਵੀ ਵੀਡੀਓ ਬਣਾਉਂਦੇ ਰਹੇ ਹਾਂ ਅਤੇ ਅੱਜ ਵੀ ਅੱਜ 4-5-6 ਝੋਟੀਆਂ ਮਿੱਲਾ ਖਾਣ ਲੈ ਕੇ ਆਏ ਆ ਗੱਲਬਾਤ ਕਰਵਾਵਾਂਗੇ ਉਹਨਾਂ ਨਾਲ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਾਰੀ ਮੰਡੀ ਮੈਂ ਤੁਹਾਨੂੰ ਇੱਕੋ ਵੀਡੀਓ 'ਚ ਕਵਰ ਕਰਕੇ ਦਿਖਾ ਦੂੰਗਾ ਬਾਕੀ ਮਨੀ ਨਾਲ ਮਿਲਾਉਂਦੇ ਹਾਂ ਸਤਿ ਸ਼੍ਰੀ ਅਕਾਲ ਰਾਜੂ ਭਾਈ ਚੰਦ ਸਿੰਘ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਹਾਂ ਬੱਲਾ ਮੰਡੀ ਦੇ ਸਵਾਗਤ ਹੈ ਬੱਲਾ ਮੰਡੀ ਦੇ ਹੁੰਦਾ ਹੈ ਤੁਹਾਨੂੰ ਦੀਵਾਲੀ ਦੀਆਂ ਮੁਬਾਰਕਾਂ ਜੀ ਤੁਹਾਨੂੰ ਵੀ ਦੀਵਾਲੀ ਦੀਆਂ ਸਾਰੇ ਭਰਾਵਾਂ ਨੂੰ ਮੁਬਾਰਕਾਂ ਨੇ ਸਿੰਘ ਡੇਰੀ ਫਾਰਮ ਦੇ ਇੰਸਟਾਗ੍ਰਾਮ ਦੇ ਸਟਾਰ ਹੈ ਨਾ ਇੰਸਟਾਗ੍ਰਾਮ ਦੇ ਸਟਾਰ ਵਧੀਆ ਪਾਕਟ ਹੈ ਇਹਨਾਂ ਦੀ ਇੰਸਟਾਗ੍ਰਾਮ ਤੇ ਇਹੀ ਗੱਲ ਹਾਂ ਆਦੀ ਮਿਹਨਤ ਪੂਰੀ ਜੀ ਹਾਂ ਹਾਂ ਰਲ ਮਿਲ ਕੇ ਤੁਹਾਡਾ ਵੀਰ ਦਾ ਬਹੁਤ ਸਾਥ ਦਿੱਤਾ ਆਪਣਾ ਹਾਂ ਵਧੀਆ ਗੱਲ ਹੈ ਨਾ ਹਾਂ ਜੀ ਇਹਨੂੰ ਕਿਰਾਏ ਨੂੰ ਤੋੜ ਦੀ ਕਿਰਾਏ ਨੂੰ ਤੋੜ ਦੇ ਮੈਂ ਦੇਖੋ ਤੁਸੀਂ ਹੁਣ ਵੀ ਜਿਹੜੀ ਦੀਵਾਲੀ ਵਾਲੀ ਗੱਲ ਕਰ ਲਈਏ ਵੱਲਾ ਮੰਡੀ ਵਾਲੀ ਗੱਲ ਕਰ ਲਈਏ ਤਾਂ ਐਡੀਆਂ ਐਡੀਆਂ ਮਈਆਂ ਵਾਸਤੇ ਜਾਣੀ ਜਾਂਦੀ ਹੈ ਦੇਖ ਪੂਰੀ ਸਿਰਾ ਜਦੋਂ ਪਤਾ ਲੱਗਦਾ ਵੀ ਹਾਂ ਮੰਡੀ ਕੋਈ ਚੀਜ਼ ਆਈ ਹੋਈ ਆ ਲੋਕੀ ਫੋਟੋਆਂ ਕਰਾਉਂਦੇ ਆ ਵਿਲੱਖਣ ਜਾਂ ਸ਼ਿੰਗਾਰ ਕਰਿਆ ਇੰਨਾ ਚੰਗਾ ਸ਼ਿੰਗਾਰ ਮੈਂ ਵੀ ਮੈਨੂੰ ਲੱਗਦਾ ਵੀ 20+ ਹੋਊਗੀ ਬਾਕੀ ਆਪਾਂ ਬਾਈ ਤੋਂ ਲੈ ਲਾਂਗੇ ਜਾਣਕਾਰੀ ਵੀ ਕੀ ਗੱਲਬਾਤ ਆ ਹੈ ਨਾ ਸਾਰੇ ਪਾਸਿਓਂ ਐਂਡ ਕਰਵਾਈ ਜਾਂਦੀ ਆ ਹੈ ਨਾ ਇਹਨੂੰ ਲੈ ਜਾ ਇਹਨੂੰ ਇੱਧਰ ਨੂੰ ਤੋੜ ਦੇ ਇਹਨੂੰ ਇਹਨੂੰ ਤੋੜ ਦੇ ਦੇਖ ਕੱਦ ਕਾਟ ਪੱਖੋਂ ਲੇਵੇ ਪੱਖੋਂ ਪੂਰੀ ਬੜੀ ਸਿਰਾ ਗੱਲਬਾਤ ਸਿਰੇ ਦੀ ਝੋਟੀ ਆ ਜੀ ਹਾਂ ਸਿਰੇ ਦੀ ਪੂਰੀ ਮੰਡੀ ਚ ਜਿਵੇਂ ਕਹਿੰਦੇ ਨੇ ਵੀ ਸਿਰ ਕੱਢਵੀਂ ਤਾਂ ਸਿਰ ਕੱਢਵੀਂ ਆ ਤੇ ਮਹੀਨਾ ਪਹਿਲਾਂ ਖਰੀਦ ਸ਼ੁਰੂ ਕਰ ਦਿੰਦੇ ਬੰਦੇ ਅਗਲਾ ਕਹਿੰਦਾ ਵੀ ਆਪਾਂ ਮਹੀਨਾ ਸਾਂਭ ਲਿਆ ਵੀ ਦੀਵਾਲੀ ਛੱਡਣੀ ਮਨੀ ਕਿੰਨਾ ਦੁੱਧ ਹੋਣਾ ਦੁੱਧ ਕਹਿਣ ਨੂੰ ਪੂਰੀ ਕਢਾ ਲਾ ਕਹਿਣ ਨੂੰ ਤਾਂ 25 ਕਿਲੋ ਕਹਿ ਲਓ ਜੀ ਹਾਂ 22 ਕਿਲੋ ਤਿਆਰ ਹੈ ਅਗਲਾ ਦੋ ਤਿੰਨ ਡੰਗ ਪਸ਼ੂ ਰਹਿੰਦੇ ਉਹਦੇ ਦਿਨ ਨੂੰ ਬਾਜ਼ਾਰ ਨਹੀਂ ਲੱਗਾ ਜੀ ਖਾਲੀ ਬਾਜ਼ਾਰ ਤਾਂ ਹੈ ਕਿਉਂ ਐ ਹੁੰਦਾ ਵੀ ਇਹ ਅੱਜ ਨਹੀਂ ਕੱਲ ਲੱਗਾ ਹਾਂ ਤੇ ਕੀ ਰੇਟ ਰੇਟ ਬਾਈ ਕਰਾਉਣ ਨੂੰ 5 ਲੱਖ ਰੁਪਏ 4 ਲੱਖ ਦੀ ਝੋਟੀ 4 ਲੱਖ ਦੀ ਦੇਵਾਂਗੇ ਦੁੱਧ 20 ਤੋਂ ਬਾਅਦ ਤੋਲ ਕੇ ਦਵਾਂਗੇ ਜੀ ਦੁੱਧ 20 ਤੋਂ ਬਾਅਦ ਤੋਲ ਕੇ ਦੇਵਾਂਗੇ ਹੋਰ ਵੀ ਗੱਲਬਾਤ ਜਦੋਂ ਕੋਈ ਵਾਰੀ ਹੁੰਦਾ ਨਗਦ ਆਧਾਰ ਵਾਲਾ ਸਿਸਟਮ ਉਹਨਾਂ ਦਾ ਮੁੱਲ ਹੋ ਰਿਹਾ ਜੀ ਕੋਈ ਪੈਸੇ ਦਿਖਾਉਂਦਾ ਨਾ ਜਦੋਂ ਅਗਲਾ ਤਾਂ ਹੋ ਜਾਂਦੀਆਂ ਹੁੰਦੀਆਂ ਨੇ ਸੌਦਾ ਇਹੋ ਜਿਹੀ ਗੱਲ ਨਹੀਂ ਇਹ ਅਗਲੀ ਜੇ ਆਪਣੇ ਬਾਈ ਜੀ ਵੀਡੀਓ ਘਰੇ ਪਈ ਹੁੰਦੀ ਝੋਟੀ ਰਹਿਣੀ ਨਹੀਂ ਸੀ ਇਸੇ ਕਰਕੇ ਵੀਡੀਓ ਨਹੀਂ ਪਾਈ ਵੀ ਦੀਵਾਲੀ ਦਿਖਾਵਾਂਗੇ ਇਹ ਦੋ ਕੱਟੀ ਆ ਦੀਵਾਲੀ ਦਿਖਾਵਾਂਗੇ ਬਹੁਤ ਦੁਨੀਆ ਤੇ ਲੈ ਦੇਖਣ ਵੀ ਬਹੁਤ ਆਉਂਦੇ ਭਰਾ ਸਾਰੇ ਦੇਖਣਾ ਵੀ ਚਾਹੀਦਾ ਪਤਾ ਲੱਗਦਾ ਯਾਰ ਹਨ ਦੋ ਝੋਟੀਆਂ ਕੱਲ ਜ਼ਿਮੀਦਾਰ ਘਰੋਂ ਲੈ ਗਏ ਸਾਰੀਆਂ ਅਸਲ ਸੀ 20-20 ਤੋਂ ਪਲੱਸ ਸੀ ਠੀਕ ਹੈ ਠੀਕ ਇਹ ਪਹਿਲ ਇਹ ਦੋ ਦੰਦ ਕੱਟੀ ਆ ਕੱਟੀ ਵੀ ਦੋ ਦੰਦਾ ਤੇ ਗੱਲ ਵੱਖਰੀ ਜੀ ਤਾਂ ਹੈ ਵੀ ਦੋ ਦੰਦ ਨੂੰ 17-18 ਮਹੀਨਾ ਦਿਖਾਉਂਦਾ ਕੱਟਿੰਗ ਦਾ ਮਹੀਨਾ ਰੱਖਦਾ ਦੋ ਦੰਦ ਮਿਣ ਕੇ ਦੇਵਾਂਗੇ ਇਹਦਾ ਲਿਆ ਕੇ ਦੇਵਾਂਗੇ ਕਿਉਂ ਦੋ ਡੰਗ ਤਿੰਨ ਡੰਗ ਅਗਲਾ ਤੁਸੀਂ ਗੁਰਵਾਰਾ ਜੀ ਪੂਰਾ ਥਣ ਮੋਟਾ ਕਰਦੀ ਹੈ ਝੋਟੀ ਮੈਂ ਦੁੱਧ ਵਾਵਾ ਲੈ ਰਹੀ ਹੈ ਦੁੱਧ ਜਿੰਨਾ ਝੂਠ ਬੋਲ ਉਨਾ ਦੁੱਧ ਹੈ ਜੀ ਅੱਛਾ ਹਾਂਜੀ ਝੋਟੀ ਥੱਲੇ ਦੁੱਧ ਨੂੰ ਕਮਾਲ ਕਰਦੀ ਹੈ ਬਈ ਦੋ ਦੰਦ ਕੱਟੀ ਨੂੰ 17-18 ਕਿਲੋ ਦੁੱਧ 2 ਲੱਖ ਰੁਪਈਆ ਲੈਣਾ 2 ਲੱਖ ਚ ਹੋ ਜੀ ਸਕਦਾ ਮਾੜਾ ਮੋਟਾ ਹੋ ਜੂਗਾ ਹੋ ਜੂਗਾ ਜੇ ਕੋਈ ਹੋਈ ਗੱਲ ਆ ਤੇ ਆ ਤਾਏ ਨੂੰ ਦਿਖਾ ਦੇ ਤਾਏ ਦੇਖਣ ਆਇਆ ਤੇਰੀ ਝੋਟੀ ਗੱਲ ਨਹੀਂ ਦੇਖਣਾ ਕੱਢੋ ਤਿੰਨ ਤੋਰ ਤਾਂ ਦੁੱਧ ਵੀ 17-18 ਕਿਲੋ ਦੱਸਦਾ ਮਣ ਕੇ ਦੋ ਦੰਦ ਕੱਟੀ ਨੂੰ 17-18 ਕਿਲੋ ਦੱਸਦਾ ਜੇ ਦੁੱਧ ਉਹੀ ਗੱਲ ਆ ਮੇਰਾ ਫੋਨ ਕਿੱਥੇ ਦੂਜਾ ਫਿਰ ਲਵੇ ਉਹ ਤੀਜੀ ਝੋਟੀ ਗੱਡੀ ਤੀਜੀ ਦੁੱਧ 17-18 ਕਿਲੋ ਮਿਣ ਕੇ ਦੇਊਗਾ 16 ਕਿਲੋ ਦੁੱਧ ਤਿਆਰ ਆ ਇਹ ਕਿੰਨੇ ਕੁ ਦਿਨਾਂ ਦੀ ਸੂਈ ਆ ਸੂਈ ਨੂੰ ਮੰਡੀ ਤੇ ਮਹਿ ਪੈਂਦੀ ਆ 10 ਦਿਨ ਸੂਏ ਦੀ ਪੈਂਦੀ ਆ ਤਿਆਰ ਵਾਲੀ ਦੁੱਧ ਤਿਆਰ ਚਲੋ ਬਾਈ ਤੁਹਾਨੂੰ ਪਤਾ ਆਪਾਂ ਮਈਆਂ ਉਦੇ ਆਪਣੀ ਜਾਂਦੀਆਂ ਗਰੰਟੀ ਤੇ ਠੀਕ ਆ ਠੀਕ ਆ।
18 किलो नाले बनी अगली विसाखी दे फिर माड़ा मोटा चलता ही है सारे तरह का हुंदा कम दुए सूए सुनी दुए सूए सुना छेद आंदे झोटी बड़ी बहुत है ਸੋਲਾਂ ਕਿਲੋ ਆਰਾਮ ਨਾਲ ਜੋ ਹੈ 18 ਕਿਲੋ ਦੀ ਓਟ ਹੁਣ ਵੀ ਦੇ ਦਵਾਂਗੇ ਨਹੀਂ ਚੰਗੀ ਆ ਬਈ ਯਾਰ ਸਾਰੇ ਭਾਅ ਵੀ ਜਾਇ